ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਛੋਟੇ-ਛੋਟੇ ਕੰਮ ਸਿੱਖਣ ਦੀ ਵੀਡੀਓ ਬਣਾਵਾਂਗੇ ਤੇ ਆਪਾਂ ਸਭ ਤੋਂ ਪਹਿਲਾਂ ਤਰਪਾਈ ਕਰਾਂਗੇ ਜਦੋਂ ਵੀ ਆਪਾਂ ਤਰਪਾਈ ਕਰਨੀ ਆ ਬਿਲਕੁਲ ਨਾਲ ਮਿਲਦੇ ਧਾਗੇ ਨਾਲ ਕਰਨੀ ਆ ਤੇ ਹੁਣ ਆਪਾਂ ਨੇ ਅੱਜ ਤਰਪਾਈ ਮੈਂ ਹੁਣ ਤੁਹਾਨੂੰ ਕਰਕੇ ਦਿਖਾਵਾਂਗੀ ਨਾਲ ਦੇ ਨਾਲ ਤੁਹਾਨੂੰ ਸਮਝ ਨਹੀਂ ਆਉਣੀ ਦਿਖਣੀ ਨਹੀਂ ਹੈਗੀ ਇਸ ਕਰਕੇ ਮੈਂ ਥੋੜੇ ਡਾਰਕ ਨਾਲ ਤਰਪਾਈ ਕਰੂੰਗੀ ਇਦਾਂ ਕਰਕੇ ਆਪਾਂ ਸੂਈ ਵਿੱਚ ਧਾਗਾ ਪਾ ਲੈਣਾ ਇਦਾਂ ਇਹ ਹਮੇਸ਼ਾ ਤਰਪਾਈ ਆਪਾਂ ਕਹਰੇ ਧਾਗੇ ਨਾਲ ਹੀ ਕਰਨੀ ਆ ਇਦਾਂ ਕਹਿ ਰਹੇ ਤਾਂ ਅੱਗੇ ਦੇ ਮਗਰ ਇਦਾਂ ਗੱਠ ਦੇ ਲੈਣੀ ਆ ਗੱਠ ਦੇ ਕੇ ਨਾ ਗੱਠ ਜ਼ਿਆਦਾ ਵੱਡੀ ਦੇਣੀ ਆ ਨਾ ਬਰੀਕ ਦੇਣੀ ਆ ਫਿਰ ਵਿੱਚੋਂ ਦੀ ਨਿਕਲ ਹੀ ਨਾ ਜਾਵੇ ਤੇ ਇਦਾਂ ਇਹ ਕਹਿ ਰਹੇ ਤਾਂ ਅੱਗੇ ਨੂੰ ਇਦਾਂ ਕਰ ਲੈਣਾ ਤੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਪੱਲੇ ਤੋਂ ਸ਼ੁਰੂ ਕਰਨਾ ਇਹ ਪੱਲੇ ਤੋਂ ਜਦੋਂ ਆਪਾਂ ਇੱਥੋਂ ਚੱਕਾਂਗੇ ਇਹ ਤੋਂ ਇਹਦੇ ਹੇਠਾਂ ਦੀ ਚੱਕ ਲੈਣਾ ਜਿਹੜੀ ਗੱਠ ਹੋਊਗੀ ਨਾ ਉਹ ਇਹਦੇ ਹੇਠਾਂ-ਹੇਠਾਂ ਆ ਜਾਊਗੀ ਆ ਦੇਖੋ ਇਹਦੇ ਹੇਠਾਂ-ਹੇਠਾਂ ਆ ਜਾਣੀਆਂ ਇਹਨੂੰ ਇਦਾਂ ਲੁਕ ਜੂਗੀ ਗੱਠ ਜਿਹੜੀ ਹੈਗੀ ਆ ਤੇ ਇਥੋਂ ਫਿਰ ਆਪਾਂ ਟੇਡਾ ਟਾਂਕਾ ਚੱਕਣਾ ਥੋੜਾ ਜਿਹਾ ਦੇਖੋ ਥੋੜਾ ਜਿਹਾ ਟੇਡਾ ਸਿੱਧਾ ਨਹੀਂ ਚੱਕਣਾ ਇਥੋਂ ਇਹ ਤਾਂ ਥੋੜਾ ਜਿਹਾ ਆਪਾਂ ਟੇਡਾ ਚੱਕ ਕੇ ਦੋ ਜਾਂ ਆ ਦੇਖੋ ਇੰਨੇ ਕੀ ਦੋ ਜਾਂ ਤਿੰਨੇ ਧਾਗੇ ਚੱਕਣੇ ਆ ਫਿਰ ਆਪਾਂ ਨੇ ਇਥੋਂ ਇਦਾਂ ਇੰਨੇ ਇੱਕ ਫਰਕ ਦੇ ਨਾਲ ਸੂਈ ਕੱਢ ਦੇਣੀ ਆ ਫੇਰ ਇਥੋਂ ਥੋੜਾ ਜਿਹਾ ਟੇਢਾ ਸਿੱਧਾ ਨਹੀਂ ਚੱਕਣਾ ਥੋੜਾ ਜਿਹਾ ਟੇਢਾ ਫੇਰ ਇਦਾਂ 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 ਕਰਦੇ ਆਪਾਂ ਨੇ ਕਰਦੇ ਜਾਣਾ ਹਾਂਜੀ ਇਦਾਂ 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 ਕਰਦੀ ਇਹਨੂੰ ਟੇਡਾ ਥੋੜਾ ਟੇਡਾ ਤੰਕਾ ਚੱਕਣਾ ਦੇਖੋ ਨਾ ਤਾਂ ਬਾਹਲਾ ਧਾਗਾ ਖਿੱਚਣਾ ਨਾ ਭਾਂ ਜਿਆਦਾ ਢਿੱਲਾ ਛੱਡਣਾ ਇਦਾਂ ਬਸ ਸੈੱਟ ਸੈੱਟ ਕਰਕੇ ਇਦਾਂ ਰੱਖਣਾ ਇਧਰੋਂ ਦੇਖੋ ਇੰਨਾ ਇੰਨਾ ਜਦੋਂ ਨਾਲ ਦਾ ਧਾਗਾ ਹੋਊਗਾ ਬਿਲਕੁਲ ਹੀ ਦਿਖਾਈ ਨਹੀਂ ਦੇਊਗਾ ਫਿਰ ਇੰਨਾ ਇੰਨਾ ਕੀ ਬਸ ਐਂ ਤੰਕੇ ਚੱਕ ਕੇ ਇਦਾਂ ਕਰਨੀ ਆ ਸਿਰ ਪਾਈ ਆਪਾਂ ਨੇ ਬਸ ਇਥੋਂ ਇਹੀ ਗੱਲ ਦਾ ਬਸ ਇਹਦਾ ਧਿਆਨ ਰੱਖਣਾ ਬਸ ਜਦੋਂ ਪਾ ਤੰਕਾ ਚੱਕਣਾ ਮਾ ਇਹ ਬਸ ਇਧਰੋਂ ਥੋੜਾ ਜਿਹਾ ਟੇਡਾ बस इतों थोड़ा जहा सीधा नहीं चकना है इतों टेढ़ा ये इतने जाके इन्े इन्नी क फर्क न बस अपने क्ढी जाना देखो इदम तरफ पाई करनी है दो तीन बस जिन्ना का धागा ना तो ज्यादा घट चकना ना ही ज्यादा बाला भी नहीं चकना फिर ज्यादा दिसूगा उधर आ देखो बस इन्ना की चकना ब्रीक जहाँ यागा फिर बिलकुल ही नहीं दूजे पासे दिसूगा ਅਸੀਂ ਇਦਾਂ ਕੱਟ ਲੈਣਾ ਆਪਾਂ ਨੇ ਇਹਨੂੰ ਹਾਂਜੀ ਇਦਾਂ ਆਪਾਂ ਤਰਪਾਈ ਕਰਨੀ ਆ ਤੇ ਹੁਣ ਆਪਾਂ ਨੇ